أعوذ بالله من الشيطان الرجيم. بسم الله الرحمن الرحيم. الذين يبلغون رسالات الله ويخشونه وكفى بالله حسيبا. ما كان محمد أبا ولكن رسول الله وخاتم النبيين. وكان نحمده ونصلي على رسول الكريم. أما بعد، أعوذ بالله من الشيطان الرجيم. بسم الله الرحمن الرحيم. نهایت قابل ساد احترام میرے بھائی راجا عارف صاحب اور انہوں نے احباب جتنے بھی انہوں نے صاحبزادے انہوں نے عزیز سارے یہ جنوہ گروپ جڑا ہے پورا پگونا دیگر دور نزدیک تو آئے ہوئے جتنے مہمان گرامی ہو اس پنڈال جتنے بھی تشریف رکھ رہے ہو
ਕਾਬਲੇ ਸਾਹਿਬ ਦੇ ਇਤਰਾਮ ਮੰਗਦਾ ਸਾਰਿਆਂ ਦੀ ਖਿਦਮਤ ਵਿੱਚ ਅਸਲਾਮ ਵਾਲੇਕੁਮ ਵਰਹਮਤੁਲਾਹ ਵਬਰਕਾਤੁਹ। ਜੈਸਾ ਕਿ ਤੁਸਾਂ ਸਾਰੇ ਕੀ ਪਤਾ ਆ, ਅਰਸੇ ਦਰਾਸ ਤੋਂ ਸਰਕਾਰ ਨੇ ਮੁਹੱਬਤ ਅਕੀਦਤ ਵਿੱਚ ਮਹਿਫਲਾਂ ਹੋਣੀਆਂ ਪਈਆਂ, ਦਿਹਾੜੀ ਵੀ ਸਾਰੇ ਸਕਾਫਤੀ ਸ਼ੋਅ ਹੋਣੇ, ਕਬੱਡੀ ਹੋਣੀ, ਵਾਲੀਬਾਲ ਹੋਣੇ, ਇਸੇ ਆਸਨਾ ਵਿੱਚ ਸਾਰਾ ਜਿਹੜਾ ਸ਼ੋਭਾ ਆ, ਸਾਡੀ ਸਕਾਫਤ ਹੈ, ਸਾਡੀ ਪਹਿਚਾਣ ਹੈ, ਜਿਸ ਕੀ ਆਪ ਪਟਵਾਰੀ ਸ਼ੇਰ ਆ ਗਿਆ ਗੋ ਕੇ ਉਹ ਸ਼ੇਰਾਂ ਦੀਆਂ ਸ਼ਕਲਾਂ ਤਬਦੀਲ ਹੋ ਗਈਆਂ। ਸੋਨੇ ਵਾਲੇ ਘੱਟ ਮਿਲੇ, ਤਕੜੇ ਵਾਲੇ ਜ਼ਿਆਦਾ ਮਿਲੇ, ਪਰ ਅਜਾ ਇਹ ਅੱਲਾ ਕੀਤਾ ਨਾ ਚੱਲਣਾ ਪਿਆ। ਮੀ ਇਹ ਯਾਦ ਹੈ ਕਿ ਜਿਸਲੇ ਬਾਵੇ ਹੋਣੇ ਹੋਣੇ ਸੀ, ਤੇ ਅਸਾਂ ਨਾ ਪੁਲਾਂ ਬਾੜੀਆਂ ਵਿੱਚ ਹੋਣਾ ਸਾ, ਗੈਸ ਬੰਦੇ ਹੋਣੇ ਸੀ, ਇਹ ਸਾਊਂਡ ਨਹੀਂ ਆਉਣੇ ਸੀ। ਉਸ ਵੇਲੇ ਵੀ ਇਸ ਮੇਲੇ ਵਿੱਚ ਮਖਲੂਕਾਤ ਦਾ ਕੋਈ ਅੰਦਾਜ਼ਾ ਨਹੀਂ ਸੀ। ਅੱਜ ਵੀ ਲੋਕਾਂ ਕੀ ਔਰ ਤੁਸਾਂ ਜਾਂ ਭਰਾ ਕੀ ਇਸ ਮੇਲੇ ਦੀ ਮੁਹੱਬਤ ਔਰ ਅਕੀਦਤ ਹੈ, ਦੱਸ ਲੰਬੀ ਚੌੜੀ ਤਾਂ ਉਮੀਦ ਨਹੀਂ, ਦੋ ਢਾਈ ਘੰਟੇ ਦਾ ਪ੍ਰੋਗਰਾਮ ਆ ਇਨਸ਼ਾਅੱਲਾ, ਕਿਉਂਕਿ ਰਾਤੀ ਵਾਰ ਬਾਲ ਸਾਹਿਬ ਸਾਰੀ ਇੰਤਜ਼ਾਮੀਆਂ ਥੱਕੀ ਗਈ। ਅਸਾਂ ਇਹ ਚਾਹੁੰਦੇ ਹਾਂ ਕਿ ਚਸਾ ਚੜਿਆ ਤਾਂ ਅਸਾਂ ਮਹਿਫਲ ਖਤਮ ਕਰ ਸਕਦੇ। ਮੈਂ ਨਾਲ ਮੇਰਾ ਅਜ਼ੀਜ਼ ਆ ਚੌਵੀ ਤਾਰਕ, ਮਾਸ਼ਾਅੱਲਾ ਇਹ ਜਵਾਨ ਆ, ਤੁਸਾਂ ਕੀ ਖੁਸ਼ ਕਰ ਸੀ ਤਾਂ ਮਾੜੀ ਵੀ ਅਤਲ ਮਕਦੂਰ ਕੋਸ਼ਿਸ਼ ਹੋ ਸੀ ਕਿ ਇਹ ਡਿਊਟੀ ਸਰਕਾਰੀ ਆ ਤਾਂ ਸੋਹਣੇ ਤਰੀਕੇ ਨਾਲ ਦਿੱਤੀ ਜਾਵੇ। ਮਾੜੇ ਨਾਲ ਸੈਯਦ ਜ਼ਾਦੇ ਬੈਠੇ ਹੋਏ, ਇਹ ਇੰਗਲੈਂਡ ਹੋਣੇ, ਸੈਯਦ ਇਰਫਾਨ ਹੁਸੈਨ ਸ਼ਾਹ ਸਾਹਿਬ ਸਤਾਰਾ ਪਰ ਜਿਹੜੇ, ਤੇ ਵੀ ਇਹ ਵੀ ਸਾਦਤ ਹੈ ਕਿ ਇਹ ਬਾੜੇ ਉਸਤਾਦਾਂ ਨੇ ਸਭ ਸਕਦੇ। ਫਾਰੂਕ ਸ਼ਾਹ ਸਾਹਿਬ ਨੇ ਅੱਲਾ ਮਫਰਤ ਫਰਮਾਇਆ ਨੇ ਪਿਛਲੇ ਸਾਲ ਪਰਦਾ ਕਰੀ ਕੇ ਹੋ, ਉਹਨਾਂ ਨੇ ਸਾਹਿਬਜ਼ਾਦੇ ਅਤੇ ਯੂਕੇ ਹੋਣੇ, ਇੱਥੇ ਸ਼ਾਦੀ ਨੇ ਇਹਨਾਂ ਨੇ ਮਿਲੇਰਾ ਸ਼ਾਦੀ ਸੀ, ਉਸ ਸਿਲਸਿਲੇ 'ਚ ਸ਼ਾਦੀ ਅਟੈਂਡ ਕਰਨ ਆਏ, ਤਾਂ ਸਾਹਿਬਜ਼ਾਦੇ ਕੀ ਵੀ ਨਾਲ ਆਉਂਦਾ ਨੇ, ਉਹ ਨਿਕਾਹ ਇੱਥੇ ਆਇਆ ਵਾ। ਤਾਂ ਮੈਂ ਆਖਿਆ ਸਬੱਬੀ ਆਏ ਹੋ ਸ਼ਾਹ ਜੀ ਜੁਲੋ ਆਣੇ ਸੈਯਦ ਬਣਾ ਵਿੱਚ ਐਨ ਤਾਂ ਰਹਿਤਾਂ ਹੋਣੀਆਂ, ਤਾਂ ਨਾਲੇ ਸਤਾਰ ਸੁਣਾਇਆ ਅਤੇ ਨਾਲੇ ਰਾਤ ਗੁਜ਼ਰੀ ਗਈ ਸੀ ਮੁਹੱਬਤ। ਤੇ ਨਿੱਕਿਆ ਦੀ ਖੁਆਇਸ਼ ਵੀ ਸੀ ਕਿ ਦੋ ਸਤਾਰਾਂ ਲੋਕਾਂ ਸੀ, ਮੈਂ ਯਾਰ ਤਰਾ ਕੋਲ ਤਾਂ ਤਰਾ ਕਿਣੀਆਂ ਸੀ, ਤੁਸਾਂ ਸਤਾਰਾਂ ਸੁਣੀਆਂ ਕਿ ਅਸੀਂ ਸੁਣਨਾ, ਪਰ ਤੁਸਾਂ ਦੀ ਖੁਆਇਸ਼ ਵੀ ਲਿਆ ਵੀ ਇਤਰਾਮ ਕਰ ਸਕਦਾ। ਹੁਣ ਥੋੜ੍ਹਾ ਜਿਹਾ ਸਾ ਸੀ ਨਾ, ਉਸ ਤੋਂ ਬਾਅਦ ਮੈਂ ਕਹਿ ਸਕਦਾ ਬਹੁਤ ਮਿਹਰਬਾਨੀ। ਇਹ ਜਿਹੜੇ ਜਿਹੜੇ ਬਹੁਤ ਦੂਰ ਬੈਠੇ ਹੋ, ਤੇ ਬਾਅਦ ਤਾਂ ਵੈਸੇ ਕੋਠੇ ਉੱਪਰ ਵੀ ਅੱਛਾ ਅਸਣਾ, ਤਾਂ ਤੁਸਾਂ ਸਾਰੇ ਨੇੜੇ ਆਓ, ਅਸਾਂ ਤੁਸੀਂ ਚੱਕਾ ਬਹੁਤ ਦੂਰ ਜਿਹੜੇ ਬੈਠੇ ਹੋ, ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਅੱਗਾ ਆਏ ਘਰੋਂ ਉੱਥੇ ਬੈਠੇ ਹੋ ਰਾਤੀ, ਜਿਸ ਅਸਾਂ ਕਿੰਨਾ ਦਿਸੋ ਤਾਂ ਕੋਰਾ ਮਿਲਿਓ, ਤਾਂ ਆਪਦੋ ਜੀ ਰਾਜ ਜੀ ਪ੍ਰੋਗਰਾਮੇ ਵਿਰਸਾ ਸਹੀ, ਕਿਆ ਪਤਾ ਕਿਹੜੀ ਜਾਈ ਬੈਠੇ ਸੀ ਉਦੋਂ। ਮਿਹਰਬਾਨੀ ਕਰੋ ਜਿਹੜੇ ਪਿੱਛੇ ਬੈਠੇ ਹੋ ਤਾਂ ਅੱਗਾ, ਮੈਂ ਫਿਰ ਜਰਾ ਭਰੀ ਵਿਆ ਤੇ ਮਜ਼ਾ ਵੀ ਅਸਲਾ ਨਾਲੇ, ਚਲੋ ਪੂਰੇ ਤਕੜੇ ਦਾ ਭੁੱਖ ਸਾਕੀ ਮੌਕਾ ਵੀ ਨਸੀਬ ਪਾਉਣਾ, ਤੇ ਯਾਰ ਜਿੰਦਾ ਸੋਬਤ ਬਾਕੀ ਇਹ ਜ਼ਿੰਦਗੀ ਦੇ ਮੇਰੇ ਹੋਣੇ, ਕਈ ਸਾਲ ਗੁਜ਼ਰੇ, ਹੁਣ ਕੋਈ ਨਹੀਂ ਪਤਾ ਕਿ ਅਗਲਾ ਸਾਲ ਕੋਈ ਹੋਸੀ ਜਾਂ ਨਾ ਹੋਸੀ, ਹੋਸਾਂ ਜਾਂ ਨਾ ਹੋਸਾਂ, ਤੇ ਸਜ਼ੀ ਨਾ ਥੋੜ੍ਹਾ ਜਿਹਾ, ਉਸ ਤੋਂ ਬਾਅਦ ਮੈਂ ਆਪਣੀ ਸ਼ੁਕਰਾਨੀ ਬਹੁਤ ਮਿਲਦਾ।
ਹੈ ਦੀਵਾ
ਸੈਯਦ ਬਾਦਸ਼ਾਹ ਮਾਸ਼ਾਅੱਲਾ ਇਹ ਹਰ ਸਾਲ ਕੋਸ਼ਿਸ਼ ਕਰ ਰਹੇ ਤਾਂ ਭਾਵੇਂ ਨੇ ਕਰ
ਵਧੀਆ ਸ਼ੇਰ ਤੇ ਦੋ ਦੋ ਨਾਥ ਨੇ ਸ਼ੇਰ ਕੋਸ਼ਿਸ਼ ਕਰਸਾ ਅਗਰ ਮਾਲਕ ਇਜਾਜ਼ਤ ਦਿੱਤੀ ਤਾਂ ਕਰਮ ਕੀਤਾ ਤਾਂ ਮਹਿਫਲ ਹੋ ਗਿਆ ਸੀ ਇਨਸ਼ਾਅੱਲਾ ਇਹ ਮਰਦਾ ਵੀ ਮਰ ਹੀ ਆਇਆ ਉਹ ਜਿੰਨੀ ਦੇਰ ਮਹਿਫਲ ਕਰਾ ਵੀ ਆਏ ਅਸਾਂ ਕਰਸਾ ਇਹ ਉਸਦਾ ਆਪਣਾ ਰੰਗ ਆ ਰਾਜਾ ਗੌਰ ਕਰੇ ਇਸ ਗੱਲ ਪਰ ਹਮਦ ਸ਼ੁਰੂ ਹੈ ਦੁਨੀਆ ਦਾ ਕਿਤਨਾ ਵੀ ਕੋਈ ਅਮੀਰ ਬੰਦਾ ਹੈ ਉਸੇ ਕੋਲ ਬੰਦਾ ਇੱਕ ਵਾਰੀ ਦੂਈ ਵਾਰੀ ਤੀਜੀ ਵਾਰੀ ਕਿਛੇ ਕੋਈ ਚੀਜ਼ ਮੰਗਣ ਵਾਸਤੇ ਦੁਆਰ ਮੰਗਣ ਵਾਸਤੇ ਤੇ ਚੌਥੀ ਵਾਰੀ ਉਹ ਤਾਂ ਆ ਜਾਣਾ ਅਰੇ ਯਾਰਾ ਤੂੰ ਹੀ ਸਿਰ ਖਾਈ ਨੱਠਾ ਹੈ ਅਗਾ ਤਰਾ ਚਾਰ ਵਾਰੀ ਤੂੰ ਕੀ ਦੇ ਰਿਹਾ ਫਿਰ ਨੱਠਾ ਆ ਰਹੇ ਇੱਕ ਉਹ ਬਾਦਸ਼ਾਹ ਆ ਜਿਸਨੇ ਕੋਲੋਂ ਜਿੰਨੀ ਵਾਰੀ ਮੰਗੋ ਇਤਨੀ ਵਾਰੀ ਉਹ ਖੁਸ਼ ਹੋਣਾ ਅੱਲਾਹ ਹੋ ਮਾਰੇ ਕੋਲ ਜਿੰਨੀ ਵਾਰੀ ਮੰਗਸੋ ਤੇ ਖੁਸ਼ ਹੋਣਾ ਆ ਉਹ ਬਾਦਸ਼ਾਹ ਦਾ ਬਾਦਸ਼ਾਹ ਆ ਤੇ ਲਿਖਣੇ ਵਾਲਾ ਲਿਖਣਾ ਅੱਲਾ ਪਾਕ
ਮਾਂ ਨੇ ਪੈਰਾਂ ਨੇ ਤੱਲਾ ਜੰਨਤ ਰੱਖੀ। ਕਿਤਨਾ ਬੜਾ ਮਕਾਮ ਆ ਕਿ ਜਿਸ ਜੰਨਤ ਵਾਸਤੇ ਅਸਾਂ ਦੁਆ ਕਰਨੇ ਆ ਉਹ ਮਾਂ ਨੇ ਪੈਰਾਂ ਨੇ ਥੱਲਾ ਹੀ ਆ। ਤਾਂ ਕਿਤਨੀ ਬਦਬਖਤੀ ਹੈ ਜਿਹੜੀ ਇਸ ਜੰਨਤ ਦੀ ਕਦਰ ਨਹੀਂ ਕਰਦੇ ਲੋਕ। ਫਿਰ ਇੱਕ ਮਾਂ ਬੱਚਾ ਘਰ ਨਾ ਛੱਡ ਸਾਰੀ ਰਾਤ ਦਰਵਾਜ਼ੇ ਵਿੱਚ ਖਲਦੀ ਰਹੇ, ਬੱਚੇ ਕੀ ਕਰਨਾ ਚੁੱਪਾ ਤਾਂ ਉਸਕੀ ਤਕਲੀਫ ਹੋਣੀ। ਇਹ ਅਸਰ ਤੁਸਾਂ ਪਰ ਵੀ ਗੁਜ਼ਰੀ। ਅਸਾਂ ਰਾਤ ਇਹਨੇ ਰਹਿ ਸਾਂ, ਰਾਤੀ ਸਫ਼ਰ ਕਰ ਰਹੇ ਸਾਂ, ਜਿਸ ਸਾਡੇ ਵੀ ਘਰ ਪਹੁੰਚਿਆ ਤਾਂ ਤੂੰ ਮਾਂ ਦੀ ਆਵਾਜ਼ ਆਈ, ਬਿਸਮਿਲਾ ਪੁੱਤਰ ਬਿਸਮਿਲਾ, ਇਹ ਮਾਂ ਹੈ। ਲੇਕਿਨ ਅੱਲਾ ਫਰਮਾ ਇੱਕ ਮਾਂ ਦੀ ਮੁਹੱਬਤ ਤੂੰ ਤੱਕ, ਤੂੰ ਛੋਟਾ ਹੋਣਾ ਪਿਸ਼ਾਬ ਕਰਨਾ ਹੈ, ਸਰਦੀ ਦਾ ਮੌਸਮ ਆਉਣਾ, ਮਾਂ ਤੁਸੀਂ ਖੁਸ਼ਕੀ ਦੇਣੀ, ਆਪੋ ਪਿਸ਼ਾਬਾ ਪਰ ਸਹਿਣੀ, ਉਸ ਮਾਂ ਦੀ ਮੁਹੱਬਤ ਦਾ ਅੰਦਾਜ਼ਾ ਲਾ। ਲੇਕਿਨ ਮੈਂ ਤਾਂ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਨਾ ਹੈ, ਇਨਸਾਨਾ ਸੋਚ ਮੈਂ 70 ਮਾਵਾਂ ਤੋਂ ਜ਼ਿਆਦਾ ਪਿਆਰ ਕਰਨਾ ਹੈ। ਸਾਡੇ ਮੌਸਮ ਆਏ ਅਲੀ ਅਸਗਰ ਸਾਹਿਬ, ਮਾਸ਼ਾ ਅੱਲਾਹ ਹੋਣੀ ਉਮਰਾਂ ਕਰੀ ਲਾਏ, ਉਮਰਾਂ ਉਹਨਾਂ ਮੁਬਾਰਕ ਲੈ, ਬਿਮਾਰ ਵੀ ਹੈ, ਦਿਲਾਂ ਦੇ ਮਰੀਜ਼ ਵੀ ਹੈ, ਲੇਕਿਨ ਉਹ ਮਿਲਣੇ ਵਾਸਤੇ ਇੱਥੇ ਆਏ, ਜਿਸ ਮਹਿਫਲ ਵਿੱਚ ਆਏ, ਮੈਂ ਮਸ਼ਕੂਰ ਹਾਂ। ਮਾਸਟਰ ਸ਼ਾਹ ਸਾਹਿਬ ਲਿਖੇ ਵੀ ਮੇਰੇ ਬਾਲਕਾ
ਤਸ਼ਕੀਲ ਹੋ ਗਈ।
ਨਾਤਿਆਈ ਪਹਿਲੂ ਸੀ, ਲੇਕਿਨ ਕਿਸੇ ਸ਼ਾਇਰ ਲਿਖਿਆ ਸੀ ਕਿ ਬਸ ਹਜ਼ੂਰ ਦੀ ਉਮਰ ਸਾਰੀ ਭਾਵੇਂ ਪੇਸ਼ ਕਰੀਏ ਫਿਰ ਵੀ ਮੁੱਕਦੇ ਨਹੀਂ, ਤੇ ਜਦੋਂ ਜਾਤ ਮਦੀਨੇ ਦੀ ਆਉਂਦੀ ਏ ਖਬਰੇ ਕੀ ਉਹਦਾ ਉੱਥੋਂ ਰੁਕਦੇ ਨਹੀਂ। ਸੈਯਦ ਬਾਦਸ਼ਾਹ ਬੈਠੇ ਨੇ ਸਾਰੇ ਪੈਮਦਰ ਹੋਰੇ ਫਗੂਨ ਸਾਰੀ ਤਸ਼ਰੀਫ ਰੱਖਣੀ ਪਈ, ਇੰਤਜ਼ਾਮੀਆ ਦੂਰ ਨਜ਼ਦੀਕ ਤੋਂ ਮਹਿਮਾਨ ਵੀ ਬੈਠੇ ਵੀ ਫਤਨ ਫਤਨ ਨਾ ਕਹਿ ਕੇ ਸਾਂ, ਲੇਕਿਨ ਇੱਕ ਮੇਰੇ ਅਜ਼ੀਜ਼ ਨੇ ਜਿਹੜੇ ਦੁਬਈ ਹੋਣੇ ਮੁਸਤਾਫਰ ਉਹਨਾਂ ਦਾ ਨਾਂ ਆ, ਬੜੀ ਮੁਹੱਬਤ ਕਰਦੇ ਠੁੱਠਰ ਲਾਲ ਉਹਨਾਂ ਤਲਕ ਆ, ਉਹਨਾਂ ਦੇ ਸਾਹਿਬਜ਼ਾਦੇ ਜ਼ੀਸ਼ਾਨ ਔਰ ਅਨਵਾਰ, ਉਹਨਾਂ ਦੀਆਂ ਬੜੀਆਂ ਮੁਹੱਬਤਾਂ ਆ। ਅੱਜ 10 ਵਾਰੀ ਫੋਨ ਕੀਤਾ ਨੇ ਔਰ ਪਿਆਰ ਨਾਲ ਉਹ ਹਰ ਪ੍ਰੋਗਰਾਮ, ਕੋਈ ਐਸਾ ਪ੍ਰੋਗਰਾਮ ਨਹੀਂ ਜਿਹੜਾ ਉਹਨਾਂ ਦੀ ਅੱਖਾਂ ਨੇ ਨਜ਼ਰ ਚੋਂ ਨਾ ਗੁਜ਼ਰਿਆ। ਉਹ ਦਿਹਾੜੀ ਡਿਊਟੀਆਂ ਕਰ ਰਹੇ ਤੇ ਰਾਤੀ ਸਾਰੇ ਪ੍ਰੋਗਰਾਮ ਸੁਣਦੇ ਰਹੇ। ਇਹ ਬੜੀ ਮੁਹੱਬਤ ਵਾਲੇ, ਤਾਂ ਤੁਸਾਂ ਵੀ ਸਾਰੇ ਮੁਹੱਬਤ ਵਾਲੇ ਹੋ। ਦੋ ਬੋਲ ਪੀਰ ਨਸੀਬਉਦੀਨ ਨਸੀਬ ਨੇ ਤਾਂ ਥੋੜ੍ਹਾ ਜਿਹਾ ਟਰੈਕ ਚੇਂਜ ਕਰਨਾ ਹੈ, ਸਿਰਫ 5-7 ਮਿੰਟਾਂ ਵਾਸਤੇ ਕੁਛ ਪਿਆ। ਸੈਯਦਜ਼ਾਦੇ ਬੈਠੇ ਤਾਂ ਸੈਯਦਜ਼ਾਦੇ ਨੇ ਬੋਲ ਮੈਂ ਪੜ੍ਹ ਲਗਾਇਆ। ਅਰੇ ਖੁਦਾ ਵਾਲੇ ਹੀ ਜਾਵੇ ਅੱਜ ਤਾਂ ਇਹ ਨਾ ਇਹ ਬਜ਼ੁਰਗ ਨਾ ਬਲੀ ਨਾ ਇਹਨਾਂ ਦੇ ਬਾਰੇ ਕੀ ਆਖਿਆ, ਖੁਦਾ ਵਾਲੇ ਹੀ ਜਾਵੇ ਜ਼ਾਤੇ ਮਾਬੂਬੇ ਖੁਦਾ ਕਿਆ ਉਹ ਜ਼ਬਾਨ ਕਿਆ ਸਮਝ ਪਾਏ ਸ਼ਾਹੇ ਮੁਸਤਫਾ ਕਿਆ ਹੈ ਅਗਰ ਹਾਸਿਲ ਰਸਾਈ ਸਰਕਾਰ ਨੂੰ ਉੱਠੀ ਕਹਿ ਸਰਕਾਰ ਕਰਾਂ ਬਈ ਕਹਿਦਾ ਕਰਾਂ ਤੇ ਸਰਕਾਰ ਫਿਰ ਮਰਿਆਣੇ ਆਲੇ ਗੱਦੀ ਜ਼ਿੰਦਗੀ
ਆਪਣੇ ਦੋਸਤ ਬੈਠੇ ਹੋਏ ਸਾਰਿਆਂ ਦੋਸਤਾਂ ਦੀ ਚਾਰ ਪੈਣਾ ਦਾਵਤ ਦੋ ਗੋਲ ਆਪਣੇ ਸਾਡੇ ਮੋਹਤਰਮ ਸ੍ਰੀ ਦਾਦਰ ਸਿੰਘ ਸਾਹਿਬ ਸਾਡੇ ਭਾਈ ਵਿਕਾਸ ਸਾਹਿਬ ਔਰ ਜਗਵੀਰ ਸਾਹਿਬ ਰਾਜਾ ਦੇ ਦੌਰਾਨ ਜਿਤਨੇ ਵੀ ਦੋਸਤ ਸਾਰਿਆਂ ਦੋਸਤਾਂ ਦੀ ਚਾਰ ਪੈ ਦੋ ਗੋਲ ਅਤੇ ਸਰਕਾਰ ਸਰਮਾਣੇ ਸਾਰੀ ਉਹਨਾਂ ਦੀ ਮੁਹੱਬਤ ਹੈ ਤੇ ਦੋ ਬੋਲ ਮੈਂ ਪੀਰ ਸਾਹਿਬ ਦੇ ਨਾਤਰੇ ਪੜ੍ਹ ਰਿਹਾ।
ਉਹਨਾਂ ਦੀ ਬੜੀ ਮੁਹੱਬਤ ਸੀ ਇਸ ਵਾਸਤੇ। ਇਹ ਅਸੀਂ ਮੁਸ਼ਤਾਬਰ ਸਾਹਿਬ ਔਰ ਸ਼ਾਹ ਔਰ ਅਨਵਾਰ ਠੱਠਰ ਨਾਲ ਤਲਕ ਸ਼ੇਰ ਨਾਲ ਬੋਲ ਪੀ ਸਾਹਿਬ ਨੇ ਕਰੇ ਰਸੂਲ ਦਿਲ ਸੇ ਬੁਲਾਇਆ ਜਾਏਗਾ।